ਹਾਂਜੀ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਮਾਤ 7ਵੀਂ ਵਾਲਿਆਂ ਦਾ ਗਣਿਤ ਦਾ ਸਤੰਬਰ ਟੈਸਟ ਜਿਹੜਾ ਕਿ ਕੱਲ ਤੁਹਾਡਾ ਪੇਪਰ ਹੋਣ ਜਾ ਰਿਹਾ ਹੈ ਉਸ ਦੇ ਬਹੁਤ ਇੰਪੋਰਟੈਂਟ ਕੁਐਸਚਨ ਦੇਖਾਂਗੇ 80 ਨੰਬਰ ਦਾ ਪੇਪਰ ਹੋਊਗਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਮੈਥ ਦਾ ਵਿਥ ਸੋਲੂਸ਼ਨ ਪੇਪਰ ਦੇਖਾਂਗੇ ਅਤੇ 7ਥ ਕਲਾਸ ਦੇ ਹੋਰ ਵੀ ਪੇਪਰ ਜਿਹੜੇ ਕਿ ਅਪਲੋਡ ਕੀਤੇ ਜਾ ਚੁੱਕੇ ਸੀਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਨ ਫਿਊਚਰ ਅਗਰ ਤੁਹਾਨੂੰ ਕੋਈ ਵੀ ਪੇਪਰ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਰੇ 1 ਮਾਰਕ ਦੇ ਕੁਐਸਚਨ ਆਣਗੇ ਉਸ ਦੇ ਵਿੱਚ ਜਿਹੜਾ ਫਰਸਟ ਕੁਐਸਚਨ ਹੋਊਗਾ 0 ਨੂੰ ਡਿਵਾਈਡ ਆਪਾਂ -10 ਨਾਲ ਕਰਦੇ ਹਾਂ ਤਾਂ ਉਸ ਦਾ ਮੂਲ ਕੀ ਹੋਊਗਾ ਤਾਂ ਬੱਚੇ ਸਭ ਨੂੰ ਪਤਾ ਹੋਣਾ ਚਾਹੀਦਾ 0 ਕਦੇ ਵੀ ਕਿਸੇ ਚੀਜ਼ ਨਾਲ ਡਿਵਾਈਡ ਮਲਟੀਪਲਾਈ ਜਾਂ ਕੁਝ ਹੁੰਦਾ ਹੈ ਤਾਂ ਉਸ ਦਾ ਵੈਲਿਊ ਜਿਹੜੀ ਕੀ ਹੁੰਦੀ ਹੈ 0 ਤੇ -19 ਸੈਕੰਡ ਹੈਗਾ -19 ਫਿਰ -13 ਦਾ ਮੂਲ ਕੀ ਹੋਗਾ ਤੇ ਬੱਚੇ ਕੀ ਹੋ ਜਾਣਗੇ ਪਲੱਸ ਤਾਂ -19 ਤੇ ਪਲੱਸ ਦਾ ਕੀ ਹੋ ਜਾਊਗਾ 13 ਕੀ ਆਂਦਾ ਹੈ ਫਿਰ -6 -19 ਤੋਂ 13 ਗਏ ਤੇ ਨਿਸ਼ਾਨ بڑی ਰਕਮ ਦਾ ਤਾਂ ਫਿਰ ਆਨਸਰ ਕੀ ਆਊਗਾ ਇਸ ਦਾ -6 ਤਾਂ ਆਪਾਂ ਕਿਸ ਤੇ ਟਿੱਕ ਲਗਾਵਾਂਗੇ -6 ਤੇ ਨੈਕਸਟ ਆਏਗਾ 16 ਦਾ 3/2 ਮਤਲਬ 16 ਦਾ 3/2 ਮਤਲਬ 16 3/2 ਕਟਿੰਗ ਕਰਦੇ ਆ ਇਸ ਦੀ 2 ਇਹਦਾ 8 ਦਾ 16 ਅੱਗੇ 8 ਨੂੰ 3 ਨਾਲ ਕਰਦੇ ਆ ਕਿੰਨਾ ਆਂਦਾ ਹੈ 24 ਤਾਂ ਇਸ ਦਾ ਆਨਸਰ ਕੀ ਆਊਗਾ 24 ਅੱਗੇ ਆਪਾਂ ਨੈਕਸਟ ਦੇਖਦੇ ਆਂ ਬੱਚਿਓ ਅ ਫੋਰਥ ਹੈਗਾ 3/2 2/3 ਤਾਂ ਆਪਾਂ ਜਦੋਂ ਇਸ ਦੀ ਵੈਲਿਊ ਲਿਖਦੇ ਆਂ 3/2 2/3 3 ਨਾਲ 3 ਕੱਢ ਜੂਗਾ 2 ਨਾਲ 2 ਕੱਢ ਜੂਗਾ ਤਾਂ ਆਨਸਰ ਕਿੰਨਾ ਆਉਂਦਾ ਹੈ 1 ਠੀਕ ਹੈ ਜੇਕਰ ਬੱਚੋ ਸਮਝ ਲੱਗ ਰਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਹੈਗਾ 3/4 ਦਾ ਉਲਟਕਰਮ ਕੀ ਹੋਊਗਾ ਤਾਂ ਜਦੋਂ 3 ਵਟਾ ਆਪਾਂ 4 ਨੂੰ ਉਲਟ ਲਿਖਦੇ ਆ ਤਾਂ ਕਿੰਨਾ ਆਉਂਦਾ 4 ਅਪਨ 3 ਤਾਂ ਅਨਸਰ ਇਸ ਦਾ ਕੀ ਹੋਗਾ ਬੀ অপਸ਼ਨ ਨੈਕਸਟ 3.02 ਵਿੱਚ 2 ਦਾ ਸਥਾਨਕ ਮਕਮੁੱਲ ਕੀ ਹੈ 2 b ਜਾਂ 2 ਵਟਾ 10 ਜਾਂ 2 ਵਟਾ 100 ਤਾਂ ਬੱਚਿਓ ਇਸ ਦਾ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸ ਦਿਆਂ 3.02 ਜਦੋਂ ਆਪਾਂ ਕਰਦੇ ਆ ਨਾ ਇਕਾਈ ਦਹਾਈ ਸੈਂਕੜਾ ਹਜ਼ਾਰ ਦੇ ਬੱਚੇ ਆਪਾਂ ਇਸ ਦਾ ਵੀ ਐਵੇਂ ਕਰਾਂਗੇ ਜਿਹੜਾ ਪੁਆਇੰਟ ਦੇ ਇੱਧਰ ਹੁੰਦਾ ਹੈ ਨਾ ਤੇ ਉਹ ਵੀ ਇਸ ਤਰ੍ਹਾਂ ਹੀ ਸਟਾਰਟ ਹੁੰਦਾ 3.02 ਤਾਂ ਇਹ ਕਿੰਨਾ ਹੋਊਗਾ ਇਸ ਦੇ نیچے 10 ਤੇ ਇਸ ਦੇ نیچے ਕੀ ਹੋਊਗਾ 100 ਦੀ ਵੈਲਿਊ ਠੀਕ ਹੈ 1 10 100 ਜਿਹੜਾ ਹੁੰਦਾ ਹੈ ਉਹ ਫਿਰ ਇਸ ਦੇ ਲਈ ਜਿਹੜਾ ਕਿ ਇਸ ਦਾ ਆਨਸਰ ਕੀ ਆਊਗਾ 2 100 ਤਾਂ ਆਪਾਂ ਕਿਹੜੇ ਸਥਾਨਕ ਮੁੱਲ ਨੂੰ ਟਿੱਕ ਕਰਾਂਗੇ 2 100 ਤੇ ਬੱਚੇ ਨੈਕਸਟ ਹੈਗਾ ਅੰਕੜਿਆ 3 5 2 2 0 2 3 5 0 2 1 6 ਦਾ ਬਹੁਲਕ ਪਤਾ ਕਰੋ ਬਹੁਲਕ ਦਾ ਬੱਚੇ ਮਤਲਬ ਹੁੰਦਾ ਹੈ ਮੋਡ ਮੋਡ ਦਾ ਹੁੰਦਾ ਹੈ ਮੋਸਟ ਰੈਕਰਿੰਗ ਨੰਬਰ ਮੋਸਟ ਰੈਕਰਿੰਗ ਨੰਬਰ ਦਾ ਮਤਲਬ ਹੁੰਦਾ ਜਿਹੜਾ ਬਾਰ-ਬਾਰ ਆ ਰਿਹਾ ਹੈ ਤਾਂ ਇਸ ਦੇ ਵਿੱਚ ਕਿਹੜੀ ਹੈ ਜਿਆ ਨੰਬਰ ਹੈ ਜਿਹੜਾ ਤੁਹਾਨੂੰ ਬਾਰ-ਬਾਰ ਦਿਖ ਰਿਹਾ ਦੇਖੋ 2 2 2 ਦੇਖੋ بار بار ਆ ਰਿਹਾ ਤਾਂ ਆਪਾਂ ਅੱਜ ਦਾ ਕਿਹੜਾ ਆਪਸ਼ਨ ਲਗਾਵਾਂਗੇ 2 ਠੀਕ ਹੈ ਨੈਕਸਟ ਅੱਗੇ 7th ਹੈਗਾ ਜੇਕਰ 7x 4 ਹੁੰਦਾ ਹੈ ਪ੍ਰੈਮ 4 39 ਹੁੰਦਾ ਹੈ ਤਾਂ x ਦੀ ਵੈਲਿਊ ਕੀ ਹੋਗੀ ਬੱਚੇ ਜਦੋਂ ਵੀ ਤੁਹਾਨੂੰ ਐਵੇਂ ਦੀ ਇਕੁਏਸ਼ਨ ਆਵੇ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਪਹਿਲਾਂ ਇਕੁਏਸ਼ਨ ਨੂੰ ਐਵੇਂ ਹੀ ਲਿਖਣਾ ਹੈ ਕਿਵੇਂ ਲਿਖੋਗੇ ਤੁਸੀਂ 7x 4 39 9 ਤਾਂ ਆਪਾਂ ਕੀ ਕਰਾਂਗੇ 7x 39 ਜਿਹੜਾ 4 ਹੈ ਉਧਰ ਜਾ ਕੇ ਕੀ ਹੋ ਜਾਊਗਾ ਮਾਈਨਸ ਦਾ ਠੀਕ ਹੈ 39 ਚੋਂ 4 ਜਾਣਗੇ ਤਾਂ ਕਿੰਨਾ ਹੁੰਦਾ 35 7x 35 ਫਿਰ ਆਪਾਂ x 35 7 ਜਦੋਂ ਆਪਾਂ ਇਸ ਦੀ ਕਟਿੰਗ ਕਰਦੇ ਆ ਤਾਂ ਕਿੰਨਾ ਆਂਦਾ x ਦੀ 7 5 ਦਾ 35 ਦਾ x ਦੀ ਵੈਲਿਊ ਜਿਹੜੀ ਕਿ ਕਿੰਨੀ ਆ ਗਈ 5 ਤਾਂ ਇਹ ਇਸ ਦਾ ਅਨਸਰ ਹੈ ਤਾਂ ਆਪਾਂ ਕਿਹੜੀ ਆਪਸ਼ਨ ਨੂੰ ਟਿਕ ਕਰਕੇ ਆਵਾਂਗੇ ਪੇਪਰ ਦੇ ਵਿੱਚ ਬੱਚੋ ਫਿਰ ਆਪਸ਼ਨ 5 ਨੂੰ ਠੀਕ ਹੈ ਜੇਕਰ ਸਮਝ ਲੱਗ ਰਿਹਾ ਬੱਚੋ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਹੈਗਾ ਜੇਕਰ ਕਿਸੇ ਸੰਖਿਆ ਦੇ ਦੁੱਗਣੇ ਵਿੱਚੋਂ 2 ਘਟਾਉਣ ਤੇ 5 ਪ੍ਰਾਪਤ ਹੁੰਦਾ ਹੈ ਤਾਂ ਉਹ ਕਿਹੜੀ ਸੰਖਿਆ ਹੈ ਤਾਂ ਕਿਸੇ ਉਹਨਾਂ ਨੇ ਬੋਲਿਆ ਕਿਸੇ ਸੰਖਿਆ ਦੇ ਦੋ ਦੁੱਗਣੇ ਮਤਲਬ ਕਿਸੇ ਸੰਖਿਆ ਦੇ ਦੁੱਗਣੇ ਵਿੱਚੋਂ 2 ਘਟਾਉਣ ਤੇ ਮਤਲਬ ਕੋਈ ਸੰਖਿਆ ਹੈ ਮੰਨ ਲਓ ਉਹ ਸੰਖਿਆ ਕੀ ਹੁੰਦੀ ਹੈ x ਉਸ ਦੇ ਦੁੱਗਣੇ ਵਿੱਚੋਂ ਕੀ ਘਟਾਉਣ ਨੂੰ ਕਿਹਾ ਹੈ 2 ਤਾਂ ਕਹਿੰਦੇ ਕੀ ਪ੍ਰਾਪਤ ਹੁੰਦਾ ਹੈ 5 ਤਾਂ ਦੇਖ ਸਕਦੇ ਹੋ ਇਹ ਸਾਡੀ ਇਕੁਏਸ਼ਨ ਬਣ ਚੁੱਕੀ ਹੈ ਹੁਣ ਆਪਾਂ ਇਸ ਨੂੰ ਸੋਲਵ ਕਰਦੇ ਹਾਂ ਜਿਵੇਂ ਕਿ ਪਹਿਲਾ ਕੁਐਸਚਨ ਕੀਤਾ ਸੀ 2x 5 ਆ ਉਧਰ ਜਾ ਕੇ ਕੀ ਹੋ ਜਾਊਗਾ ਪਲੱਸ ਦਾ ਠੀਕ ਹੈ ਫਿਰ ਆਪਾਂ ਲਿਖਾਂਗੇ 2x 5 অর 2 ਕਿੰਨੇ ਹੋ ਗਏ 7 ਤੇ x 7 2 ਤਾਂ ਇਸ ਦਾ ਜਿਹੜਾ ਰਾਈਟ ਆਨਸਰ ਕੀ ਹੋਊਗਾ 7 2 ਤਾਂ ਕਿਹੜੀ ਆਪਸ਼ਨ ਨੂੰ ਟਿਕ ਲਗਾਵਾਂਗੇ ਤਾਂ ਬੱਚਿਓ ਜਿਹੜਾ ਕਿ ਇਹ ਵਾਲਾ ਸਾਡਾ ਆਨਸਰ ਪਰ ਰਾਈਟ ਹੈ ਪਰ ਇੱਥੇ ਆਪਸ਼ਨ ਨਹੀਂ ਦਿੱਤੀ ਗਈ ਜੇਕਰ ਇਹਦੇ ਵਿੱਚ ਮਿਸਟੇਕ ਹੁੰਦੀ ਹੈ ਤਾਂ ਪੇਪਰ ਦੇ ਵਿੱਚ ਤੁਹਾਨੂੰ ਇਹ ਕੁਐਸਚਨ ਆ ਜਿਹੜਾ ਕਿ ਸਹੀ ਤਰੀਕੇ ਨਾਲ ਆਊਗਾ ਪਰ ਇਸ ਦਾ ਆਨਸਰ ਜਿਹੜਾ ਕਿ 7/2 ਹੀ ਹੈ ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਕਿ ਇਹ ਕੁਐਸਚਨ ਨਹੀਂ ਹੋ ਸਕਦਾ ਠੀਕ ਹੈ ਪਰ ਫਿਰ ਵੀ ਤੁਹਾਨੂੰ ਜੇਕਰ ਲੱਗਦਾ ਹੈ ਕਿ ਇਸ ਆਨਸਰ ਕੀ ਹੋ ਸਕਦਾ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਅੱਗੇ ਜੇਕਰ ਦੋ ਸੰਪੂਰਕ ਕੋਣ ਪੂਰਕ ਹੋਣ ਤਾਂ ਉਹਨਾਂ ਦਾ ਜੋੜ ਹੁੰਦਾ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੈ ਜੇਕਰ ਦੋ ਕੋਣ ਪੂਰਕ ਕੋਣ ਹੁੰਦੇ ਆ ਪੂਰਕ ਕੋਣ ਕਿੰਨਾ ਹੋਊਗਾ 90 ਡਿਗਰੀ ਦੋ ਕੋਣ ਪੂਰਕ ਕੋਣ ਤਾਂ ਉਹਨਾਂ ਦਾ ਜੋੜ ਕਿਹੜਾ ਹੁੰਦਾ ਹੈ 90 ਸੋ ਪੂਰਕ ਕੋਣਾਂ ਦਾ ਜੋੜ ਬੱਚੇ ਸੰਪੂਰਕ ਕੋਣਾਂ ਦਾ ਜੋੜ ਹਮੇਸ਼ਾ ਜਿਹੜਾ ਕਿ ਤੁਸੀਂ ਕਿੰਨਾ ਲਗਾ 180 ਪੂਰਕ ਸੰਪੂਰਨ ਕੋਣਾਂ ਦਾ ਪੂਰਕ ਕੋਣ 90 ਡਿਗਰੀ ਸੰਪੂਰਕ ਕੋਣ ਕਿੰਨੇ ਹੁੰਦੇ ਆ 180 ਡਿਗਰੀ ਦੇ ਤਾਂ ਇਹਨਾਂ ਵਿੱਚੋਂ ਕਿਹੜੇ ਆਪਸ਼ਨ ਦਾ ਜੋੜ ਜਿਹੜਾ ਕਿ 180 ਆਂਦਾ ਹੈ ਤਾਂ ਇਸ ਦੇ ਲਈ ਵਿੱਚੋਂ ਮੈਨੂੰ ਲੱਗ ਰਿਹਾ ਕਿ 133 ਨੂੰ ਅਸੀਂ 47 ਨਾਲ ਜੇਕਰ ਪਲੱਸ ਕਰਦੇ ਆ ਤਾਂ ਦੇਖੋ ਕਿੰਨਾ ਆਂਦਾ ਹੈ 180 ਤਾਂ ਆਪਾਂ ਕਿਹੜੀ ਆਪਸ਼ਨ ਨੂੰ ਟਿੱਕ ਕਰਾਂਗੇ ਸੀ ਆਪਸ਼ਨ ਨੂੰ ਠੀਕ ਹੈ ਨੈਕਸਟ ਦੇਖੇ ਜੇਕਰ ਰੇਖੀ ਜੋੜਿਆਂ ਦਾ ਇੱਕ ਨਿਊਨ ਕੋਣ ਹੋਣ ਹੋਵੇ ਤਾਂ ਦੂਸਰਾ ਕੋਣ ਡੈਸ਼ ਹੁੰਦਾ ਤਾਂ ਜੇਕਰ ਦੇਖੋ ਇੱਕ ਨਿਊਨ ਕੋਣ ਹੁੰਦਾ ਹੈ ਸਾਈਡ ਵਾਲਾ ਤਾਂ ਆਪਾਂ ਦੇਖਦੇ ਆਂ ਜੇਕਰ ਆਪਾਂ ਬਣਾ ਕੇ ਦੇਖਦੇ ਆਂ ਜਿਹੜਾ 90 ਡਿਗਰੀ ਦਾ ਇੱਕ ਨਿਊਨ ਕੋਣ ਜਿਹੜਾ ਕਿ 90 ਡਿਗਰੀ ਤੋਂ ਵੱਡਾ ਤੇ ਉਹ ਨਿਊਨ ਕੋਣ ਹੁੰਦਾ ਤਾਂ ਉਸ ਤੇ ਜਿਹੜਾ ਦੂਸਰਾ ਜਿਹੜਾ ਹੋਗਾ ਦੂਸਰਾ ਕਿਹੜਾ ਹੁੰਦਾ ਬੱਚਿਓ ADIK کون ਠੀਕ ਹੈ ਤਾਂ ਆਪਾਂ ਇਸ ਦਾ ਕੀ ਲਾ ਕੇ ਆਵਾਂਗੇ ADIK کون ਅਗੇ ਨੈਕਸਟ ਹੈਗਾ ਉਹ ਕਿਹੜਾ ਕੋਣ ਹੈ ਜੋ ਕੀ ਆਪਣੇ ਪੂਰਕ ਕੋਣ ਦੇ ਬਰਾਬਰ ਹੁੰਦਾ ਤਾਂ ਆਪਣੇ ਪੂਰਕ ਕੋਣ ਦੇ ਜਿਹੜਾ ਬਰਾਬਰ ਹੁੰਦਾ ਹਮੇਸ਼ਾ 45 ਡਿਗਰੀ ਦਾ ਹੁੰਦਾ ਹੈ 0.025 ਨੂੰ ਪ੍ਰਤੀਸ਼ਤ ਵਿੱਚ ਬਦਲੋ ਤਾਂ 0.025 ਜਦੋਂ ਆਪਾਂ 100 ਨਾਲ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਕਿ ਦੋ ਅੱਖਰ ਅੱਗੇ ਚਲੇ ਜਾਊਗਾ ਤਾਂ ਕੀ ਬਣੂਗਾ 2.5% ਦੇਖੋ 0.025 ਨੂੰ ਤੁਸੀਂ 100 ਨਾਲ ਮਲਟੀਪਲਾਈ ਕਰਕੇ ਦੇਖ ਲਿਓ ਦੋ ਜ਼ੀਰੋ ਆ ਨੇ ਤੇ ਦੋ ਅੱਖਰ ਹੋਰ ਅੱਗੇ ਜਦੋਂ ਆਪਾਂ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਇਹਨਾਂ ਦੇ ਵਿੱਚ ਜਿਹੜਾ ਕਿ ਪੁਆਇੰਟ ਆ ਜਾਊਗਾ ਠੀਕ ਹੈ ਤਾਂ 2.5% ਇਸ ਅਨਸਰ ਅੱਗੇ ਹੈਗਾ 3/4 ਨੂੰ ਕਹਿੰਦੇ ਮਲਟੀਪਲਾਈ x^12 ਹੁੰਦੇ ਆ ਤਾਂ x ਦੀ ਵੈਲਿਊ ਕਿੰਨੀ ਆਊਗੀ ਤਾਂ ਪਹਿਲਾਂ ਆਪਾਂ ਦੇਖਾਂਗੇ 3/4 ਜਿਹੜਾ ਕਿ ਕਿਹਦੇ ਨਾਲ ਮਲਟੀਪਲਾਈ ਹੋਇਆ ਕਿ 12 ਬਣਿਆ ਠੀਕ ਹੈ ਚਲੋ ਤੁਸੀਂ ਮੈਨੂੰ ਗੈਸ ਕਰਕੇ ਦੱਸੋ ਕਿ ਕੀ ਹੋ ਸਕਦਾ ਹੈ ਇਸ ਦਾ 4 ਨੂੰ ਆਪਾਂ ਕਿਸ ਨਾਲ ਮਲਟੀਪਲਾਈ ਕਰੀਏ 12 ਆਵੇ 4 3 ਦਾ 12 ਤੇ ਉੱਪਰ ਵੀ ਕਿੰਨੇ ਨਾਲ ਹੋਊਗਾ ਫਿਰ 3 ਨਾਲ 3 3 ਦਾ 9 ਫਿਰ ਇਹਦਾ ਅਨਸਰ ਕਿੰਨਾ ਆਊਗਾ 9/12 ਤਾਂ ਆਪਾਂ ਅੱਜ ਦੀ ਰਾਈਟ ਆਪਸ਼ਨ ਕਿਹੜੀ ਕਿ ਲਗਾਵਾਂਗੇ 9 नेक्स्ट देखते हैं आपा बच्चों -4 -5 -3 ਦਾ ਮੁੱਲ ਕੀ ਹੋਵੇਗਾ ਬੱਚੇ ਹੁਣ ਮੈਂ ਇਸ ਨੂੰ ਸਾਈਡ ਤੇ ਸੋਲਵ ਕਰਨ ਲੱਗੀ ਆ ਤਾਂ ਤੁਸੀਂ ਧਿਆਨ ਨਾਲ ਦੇਖਣਾ ਤੇ -4 ਹੈ ਜਿਹੜਾ ਕਿ ਪਹਿਲਾਂ ਫਿਰ ਮਲਟੀਪਲਾਈ ਹੈ ਫਿਰ ਕਿੰਨਾ ਹੈ -5 ਫਿਰ ਫਿਰ -3 ਤਾਂ ਬੱਚੋ ਠੀਕ ਹੈ ਮੈਂ -4 (5 3 ਸੋਲਵ ਕਰਦੇ ਆ ਨੰਦਾ ਫਿਰ ਉਸ ਤੋਂ ਬਾਅਦ ਕੀ ਆਂਦਾ 4 ਤਾਂ ਇਹਨੂੰ ਆਪਾਂ ਮਾਈਨਸ ਕਰਦੇ ਕਿੰਨਾ ਆਂਦਾ 8 ਨਿਸ਼ਾਨ ਬੜੀ ਰਕਮ ਦਾ ਰਹੂਗਾ ਠੀਕ ਹੈ ਅੱਗੇ ਨੈਕਸਟ ਆਂਦਾ 4 ਨੂੰ ਆਪਾਂ 8 ਨਾਲ ਕਰੀਏ ਮਾਈਨਸ ਨਾ ਮਾਈਨਸ ਕੱਟ ਜਾਊਗਾ 4 8 ਦਾ 32 ਤਾਂ ਆਪਾਂ ਇਸ ਦਾ ਆਨਸਰ ਇਹੜਾ ਕਿ ਪੇਪਰ ਦੇ ਵਿੱਚ ਕੀ ਲਗਾ ਕੇ ਆਣਾ ਹੈ 32 ਠੀਕ ਹੈ ਬੱਚੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਦੱਸੋ ਕਿ ਕੁਐਸਚਨ ਸਮਝ ਆਏ ਨੇ ਨੈਕਸਟ ਹੈਗਾ ਦੋ ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਇੱਕ ਸੰਪੂਰਨ ਸੰਖਿਆ ਹੁੰਦਾ ਹੈ ਕੀ ਇਹ ਸਹੀ ਹੈ ਤਾਂ ਇਸ ਦਾ ਆਨਸਰ ਜਿਹੜਾ ਹੈ ਕਿ ਹਮੇਸ਼ਾ ਆਪਾਂ ਗਲਤ ਲਗਾਵਾਂਗੇ ਕਿਉਂਕਿ ਨਹੀਂ ਹੁੰਦਾ ਦੋ ਸੰਪੂਰਨ ਸੰਖਿਆਵਾਂ ਦਾ ਸੰਪੂਰਨ ਇੱਕ ਉਚਿਤ ਭਿੰਨ ਦਾ ਉਲਟ ਕਰਾ ਉਲਟ ਕਰਮ ਇੱਕ ਅਨੁਚਿਤ ਭਿੰਨ ਹੁੰਦੀ ਹੈ ਹਾਂ ਇਹ ਹਮੇਸ਼ਾ ਠੀਕ ਹੋਊਗਾ ਕਿਉਂਕਿ ਇੱਕ ਉਚਿਤ ਭਿੰਨ ਦਾ ਜਿਹੜਾ ਉਲਟ ਕਰਮ ਹੋਊਗਾ ਅਨੁਪਰਤ ਜਿਵੇਂ ਹੰਸ ਹਰ ਉਸ ਦਾ ਜਦੋਂ ਆਪਾਂ ਉਲਟ ਕਰਾਂਗੇ ਹਰ ਵੱਡਾ ਹੁੰਦਾ ਅੰਸ਼ نیچے ਤਾਂ ਅਨੁਚਿਤ ਹੀ ਹੋਗਾ ਠੀਕ ਹੈ ਬੱਚੇ 1 ਦਸ਼ਮਲਵ ਸੰਖਿਆ ਅਤੇ ਸਿਫਰਾਂ ਦਾ ਗੁਣਨਫਲ ਹਮੇਸ਼ਾ ਡੈਸ਼ ਹੁੰਦਾ ਮਤਲਬ ਕੀ ਹੁੰਦਾ ਤਾਂ ਥਰਡ ਦਾ ਆਪਸ਼ਨ ਕੀ ਆਊਗਾ ਸਹੀ ਨੈਕਸਟ ਜੇਕਰ ਦੋ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹੋਣ ਤਾਂ ਸਿਖਰ ਸੰਮੂਕ ਕੌਣ ਬਰਾਬਰ ਹੁੰਦੇ ਆ ਤਾਂ ਇਸ ਦਾ 4th ਦਾ ਅਨਸਰ ਜਿਹੜਾ ਕੀ ਹੈਗਾ ਗਲਤ ਨੈਕਸਟ ਹੈਗਾ ਇਹ ਸਮੀਕਰਨ x 5 0 ਦਾ ਹੱਲ 5 ਹੈ ਤਾਂ ਪਾਈਸ ਦੇ ਅਕੀ ਆਨਸਰ ਲਗਾਵਾਂਗੇ ਗਲਤ ਕਿਉਂਕਿ ਜ਼ੀਰੋ ਦੇ ਨਾਲ ਜਿਹੜੀ ਕਿ ਵੈਲਿਊ ਮਾਈਨਸ 5 ਹੋ ਜਾਊਗਾ ਲਾਭ ਪਰਸੈਂਟ ਜਾਂ ਹਾਨੀ ਪਰਸੈਂਟ ਦੀ ਗਣਨਾ ਖਰੀਦ ਮੁੱਲ ਤੇ ਕੀਤੀ ਜਾਂਦੀ ਹੈ ਤੇ ਆਣਾ ਸੀ ਇੱਥੇ ਤੇ ਕੀਤੀ ਜਾਂਦੀ ਹੈ ਤਾਂ ਇਸ ਦਾ ਅੰਤਰ ਜਿਹੜਾ ਕਿ ਹੈਗਾ ਸਹੀ ਸੌਰੀ ਸਹੀ ਇਸ ਦਾ ਆਪਸ਼ਨ ਹੈਗਾ ਸਹੀ ਅਗੇ ਨੈਕਸਟ ਹੈਗਾ 7th ਜ਼ੀਰੋ ਨਿਸ਼ਾਨ -4/9 ਇਹ ਠੀਕ ਹੈ ਹਾਂ ਜ਼ੀਰੋ ਜਿਹੜਾ ਹੈ ਕਿ ਮਾਈਨਸ ਵਾਲੇ ਤੋਂ ਹਮੇਸ਼ਾ ਵੱਡਾ ਹੁੰਦਾ ਇਸ ਦਾ ਆਨਸਰ ਹੈਗਾ ਸਹੀ ਨੈਕਸਟ ਹੈਗਾ 8/2 -5 2 ਮਲਟੀਪਲਾਈ -1 ਹੁੰਦਾ ਹੈ ਗਲਤ ਜਦੋਂ ਆਪਾਂ ਇਸ ਦੀ ਕਟਿੰਗ ਕਰਾਂਗੇ ਤਾਂ -1 ਨਹੀਂ ਆਊਗਾ ਮਾਈਨਸ ਦਾ ਮਾਈਨਸ ਕੱਟ ਜਾਂਦਾ ਤਾਂ ਇਸ ਦਾ ਕੀ ਆਨਸਰ ਹੈ ਗਲਤ ਨੈਕਸਟ ਸਭ ਤੋਂ ਵੱਡੀ ਸਭ ਤੋਂ ਵੱਡੀ ਤੋਂ ਰਿਣਾਤਮਕ ਸੰਪੂਰਣ ਸੰਖਿਆ ਡੈਸ਼ ਹੈ ਸਭ ਤੋਂ ਵੱਡੀ ਇਸ ਦੇ ਵਿੱਚ ਜਿਹੜੀ ਰਿਣਾਤਮਕ ਜਦੋਂ ਆਪਾਂ ਦੇਖਦੇ ਆ ਜ਼ੀਰੋ ਜਾਂ ਜਿਹੜਾ ਪਹਿਲਾ ਅੱਖਰ ਹੁੰਦਾ ਉਹੀ ਵੱਡਾ ਹੁੰਦਾ ਜਿਹੜਾ ਇੱਧਰ ਚਾਈ ਜਾਂਦਾ ਉਹ ਹਮੇਸ਼ਾ ਕੱਟਦੇ ਜਾਂਦੇ ਨੇ ਤਾਂ ਜਿਹੜਾ ਸਭ ਤੋਂ ਪਹਿਲਾ ਨੰਬਰ ਉਹ ਕੌਣ ਹੈ -1 ਤਾਂ ਆਪਾਂ ਜਿਹੜੀ ਇਸ ਦੇ ਵਿੱਚ ਆਪਸ਼ਨ ਕਿਹੜੀ ਟਿੱਕ ਲਗਾਵਾਂਗੇ -1 ਨੈਕਸਟ ਹੈਗਾ 1.5 8 ਕੀ ਹੁੰਦਾ ਹੈ ਤਾਂ ਆਪਾਂ ਜਦੋਂ ਇਸ ਨੂੰ ਮਲਟੀਪਲਾਈ ਕਰਾਂਗੇ ਤਾਂ ਇਸ ਦਾ ਅਨਸਰ ਕਿੰਨਾ ਆਉਂਦਾ ਹੈ 12 ਤੁਸੀਂ ਮਲਟੀਪਲਾਈ ਕਰਕੇ ਦੇਖ ਸਕਦੇ ਹੋ ਅੱਗੇ 27.5 ਡਿਵਾਈਡ ਕਰਦੇ ਹਾਂ 0 ਤਾਂ 27.5 ਡਿਵਾਈਡ ਆਪਾਂ ਕਿਤੇ ਨਾ ਕਰਾਂਗੇ 10 ਤਾਂ ਜਿਹੜਾ ਉੱਪਰ ਇੱਕ ਪੁਆਇੰਟ ਹੈ ਤਾਂ ਪੁਆਇੰਟ ਕੀ ਹੋ ਜਾਊਗਾ ਹੋਰ ਅੱਗੇ ਚਲੇ ਜਾਊਗਾ ਕਿਉਂਕਿ ਇੱਕ ਅੱਖਰ ਬਾਅਦ ਪੁਆਇੰਟ ਲੱਗ ਜਾਂਦਾ ਨਾ ਤਾਂ ਇਸ ਅਨਸਰ ਕੀ ਆਊਗਾ 2.75 ਤਾਂ ਆਪਾਂ ਇਸ ਦੇ ਆਪਸ਼ਨ ਇਹਨਾਂ ਕਿਹੜੀ ਲਗਾ ਕੇ ਆਵਾਂਗੇ 3rd x ਦਾ 10 ਗੁਣਾ x ਦਾ 10 ਗੁਣਾ 50 ਹੈ ਲਈ ਸਮੀਕਰਨ ਹੋਵੇਗਾ ਹੁਣ ਜਿਹੜਾ x ਦਾ ਗੁਣਾ ਹੈਗਾ 10 ਤਾਂ ਆਪਾਂ ਕੀ ਲਿਖਾਵਾਂਗੇ 10x 50 ਤਾਂ ਜਿਹੜੀ অপਸ਼ਨ ਹੋਊਗੀ ਉਹ ਤੁਸੀਂ ਪੇਪਰ ਦੇ ਵਿੱਚ ਲਗਾ ਕੇ ਆਣੀ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ অপਸ਼ਨ ਹੈਗੀ ਐ ਅੱਗੇ ਹੈਗਾ ਇਹ 25% ਦੋ ਕੋਣਾਂ ਨੂੰ ਡੈਸ਼ ਕੋਣ ਕਹਿੰਦੇ ਆ ਜਿਨ੍ਹਾਂ ਦਾ ਜੋੜ 180 ਹੁੰਦਾ ਮੈਂ ਪਿੱਛੇ ਵੀ ਦੱਸ ਕੇ ਆਈ ਆ ਇਹ ਲਾਈਨ ਨੂੰ ਹਮੇਸ਼ਾ ਯਾਦ ਕਰ ਲਓ ਦੋ ਕੋਣਾਂ ਨੂੰ ਸੰਪੂਰਨ ਕੋਣ ਕਹਿੰਦੇ ਹਨ ਜਿਨਾਂ ਦਾ ਜੋੜ ਕੀ ਹੁੰਦਾ ਹੈ 180 ਡਿਗਰੀ ਠੀਕ ਹੈ ਇਹ ਬਹੁਤ ਇੰਪੋਰਟੈਂਟ ਲਾਈਨ ਹੈ ਇਸ ਨੂੰ ਹਮੇਸ਼ਾ ਯਾਦ ਰੱਖਿਓ ਅਗਲੀ ਕਲਾਸਾਂ ਦੇ ਵਿੱਚ ਵੀ ਤੁਹਾਡੇ ਜਿਹੜੇ ਕਿ ਕੰਮ ਆਣਗੇ ਅਗੇ 6th ਕੁਐਸਚਨ ਦੇਖੋ 25% ਦਾ ਭਿੰਨ ਰੂਪ ਜਿਹੜਾ ਕਿ ਕੀ ਹੋਊਗਾ 25% ਦਾ ਭਿੰਨ ਰੂਪ ਜਿਹੜਾ ਕਿ ਕੀ ਲਿਖ ਕੇ ਆ ਸਕਦੇ ਤੁਸੀਂ 1/ 10 ਨੈਕਸਟ ਹੈਗਾ 80 ਰੁਪਏ ਦੀ ਵਸਤੂ ਨੂੰ 100 ਰੁਪਏ ਵਿੱਚ ਵੇਚਣ ਤੇ 80 ਰੁਪਏ ਦੀ ਵਸਤੂ ਨੂੰ 100 ਰੁਪਏ ਤੇ ਵੇਚਣ ਤੇ ਲਾਭ ਪਰਸੈਂਟ ਡੈਸ਼ ਹੈ ਤਾਂ ਇਸ ਦਾ ਆਨਸਰ ਜਿਹੜਾ ਹੈ ਕਿ ਕੀ ਆਊਗਾ 25% ਅੱਗੇ ਪਰਮੇਯ ਸੰਖਿਆ -21/28 ਦਾ ਮਿਆਰੀ ਰੂਪ ਲਿਖਣਾ ਹੈ ਤਾਂ ਇਸ ਦਾ ਜਿਹੜਾ ਮਿਆਰੀ ਰੂਪ ਹੈਗਾ ਉਹ -3/4 ਹੈ ਉਹ ਜਿਹੜਾ ਕਿ ਕਟਿੰਗ ਕਰਕੇ ਆਇਆ ਨੈਕਸਟ ਭਾਗ ਐਡਾ ਸਟਾਰਟ ਹੋ ਜਾਂਦਾ ਜਿਹਦੇ ਵਿੱਚ ਥੋੜੇ 2 ਮਾਰਕਸ ਦੇ 8 ਕੁਐਸਚਨ ਕਰਨੇ ਨੇ ਤੇ ਬਹੁਤ ਇੰਪੋਰਟੈਂਟ ਹੈ ਠੀਕ ਹੈ ਇਹ ਸਾਰੇ ਕੁਸਚਨ ਜਿਹੜੇ ਕਿ ਤੁਸੀਂ ਅਟੈਂਪਟ ਕਰਕੇ ਆਣੇ ਪੇਪਰ ਦੇ ਵਿੱਚੋਂ ਫਰਸਟ ਕੁਸਚਨ ਹੈਗਾ ਇਹ ਭਿੰਨਾਂ ਨੂੰ ਗੁਣਾ ਕਰਨ ਤੇ ਨਿਊਤਮ ਰੂਪ ਲਿਖੋ ਤਾਂ ਭਿੰਨਾਂ ਨੂੰ ਜਦੋਂ ਆਪਾਂ ਗੁਣਾ ਕਰਦੇ ਆ ਤਾਂ ਉਸ ਦਾ ਨਿਊਤਮ ਰੂਪ ਕਿਵੇਂ ਲਿਖੋਗਾ 1/3 15/8 ਕਰਦੇ ਆ 15/24 ਜਦੋਂ ਆਪਾਂ ਇਸ ਦੀ ਕਟਿੰਗ ਕਰਦੇ ਆ 8 ਤਾਂ ਉੱਪਰ ਕਿੰਨਾ ਆਉਂਦਾ ਹੈ 5 ਠੀਕ ਹੈ 5.8 ਜਿਹੜਾ ਕਿ ਇਸ ਦਾ ਆਨਸਰ ਹੈ ਅਗੇ ਇੱਕ ਡੱਬੇ ਦੇ ਵਿੱਚ 6 ਬੰਟੇ ਹਨ ਜਿਨ੍ਹਾਂ ਦੇ ਵਿੱਚੋਂ 1 ਤੋਂ 6 ਤੱਕ ਦੀ ਸੰਖਿਆ ਲਿਖੀ ਅੰਕਿਤ ਹੈ ਜਿਨ੍ਹਾਂ ਦੇਖੇ ਇੱਕ ਬੰਟਾ ਬਾਹਰ ਕੱਢਿਆ ਆ ਤੇ 5 ਸੰਖਿਆ ਵਾਲੇ ਬੰਟੇ ਨਿਕਲਦੀ ਕੀ ਸੰਭਾਵਨਾ ਹੈ ਤਾਂ ਇਸ ਦਾ ਸਿੰਪਲ ਆਨਸਰ ਜਿਹੜਾ ਕਿ ਹੋਊਗਾ P P ਪ੍ਰੋਬੈਬਿਲਟੀ ਕਿ ਇਹ ਇੱਕ ਕੱਢਿਆ ਤੇ ਟੋਟਲ ਕਿੰਨੇ ਸੀਗੇ 6 ਠੀਕ ਹੈ ਬਸ এজ ਦਾ ਆਨਸਰ ਹੋਗਾ ਪ੍ਰੋਬੈਬਿਲਟੀ ਠੀਕ ਹੈ ਅਗੇ -5/9 ਦੇ ਤੁਲ ਦੋ ਪਰਮੇਂ ਸੰਖਿਆਵਾਂ ਵਾਲੇ ਕੋ ਤਾਂ ਆਪਾਂ ਉਹ ਵੈਲਿਊ ਬਣਾਣੀ ਆ ਜਿੱਦਾਂ ਜਿਹੜੇ ਕਿ ਦੋ ਪਰਮੇਂ ਤੁਲ ਦੋ ਪਰਮੇਂ ਸੰਖਿਆ ਬਣਵਾਣੀ ਆ ਤਾਂ ਆਪਾਂ ਕਿਸੇ ਵੀ ਜਿਹੜੇ نیچے ਮਲਟੀਪਲਾਈ ਕਰਾਂਗੇ ਉਹੀ ਉੱਪਰ ਕਰਾਂਗੇ ਬਸ نیچے ਵਾਲਾ ਜਿਹੜਾ ਕਿ ਹੋਰ ਵੱਡਾ ਕਰਨਾ ਹੈ ਬੇਸ ਇਸ ਇਕੁਅਲ ਟੂ ਕਿੰਨਾ ਆਊਗਾ 10 نیچے ਕਿੰਨਾ ਆਊਗਾ 18 ਬਸ ਵਿੱਚ ਦੋ ਅਸੀਂ ਕੱਢਣੀਆਂ ਨੇ ਆ ਦੋ ਤੁਸੀਂ ਕੋਈ ਵੀ ਲਿਖ ਕੇ ਆ ਸਕਦੇ ਹੋ 5 9 ਨੂੰ ਫੇਰ ਆਪਾਂ ਕਿਦੇ ਨਾਲ ਕਰਾਂਗੇ ਮਲਟੀਪਲਾਈ ਕਿਉਂਕਿ 9 9 ਸੀ ਨਾ ਇਹਨਾਂ ਦੇ ਵਿੱਚ ਕੋਈ ਪਰਮੇਯ ਸੰਖਿਆ ਆ ਨਹੀਂ ਪਾਰੀ ਸੀ ਤਾਂ ਆਪਾਂ ਹੁਣ ਕਿਸੇ ਹੋਰ ਨਾਲ ਮਲਟੀਪਲਾਈ ਕਰਕੇ ਇਹਨਾਂ ਦਾ ਨੰਬਰ ਜਿਹੜਾ ਕਿ ਇਨਕਰੀਜ਼ ਕਰਾਂਗੇ ਤਾਂ ਇੱਥੇ ਕਿੰਨਾ ਆ ਗਿਆ -15 27 ਤਾਂ ਆ -10 ਤੋਂ -15 ਦੇ ਵਿੱਚ ਜਿਹੜੇ-ਜਿਹੜੇ ਨੰਬਰ ਆ ਰਹੇ ਨੇ ਉਹ ਤੁਸੀਂ ਦੋ ਲਿਖ ਕੇ ਆ ਸਕਦੇ ਹੋ ਅੱਗੇ ਜੋੜ ਪਤਾ ਕਰਨਾ ਹੈ 7th ਕੁਐਸਚਨ ਦੇ ਵਿੱਚ -5 6 3 18 ਤਾਂ ਆਪਾਂ ਇਸ ਦਾ ਵੀ ਕਰਕੇ ਆਂਦੇ ਪੇਪਰ ਦੇ ਵਿੱਚ ਕਿਵੇਂ ਕਰਾਂਗੇ ਤਾਂ ਪਹਿਲਾਂ ਆਪਾਂ ਵੈਲਿਊ ਨੂੰ ਐਜ਼ ਇਟ ਇਜ਼ ਲਿਖਾਂਗੇ 5 1 ਮਿੰਟ -5 6 3 3 3 18 ਫਿਰ ਆਪਾਂ ਦੂਸਰੀ ਵੈਲਿਊ ਨੂੰ ਕਰਦੇ ਆ -15 18 ਠੀਕ ਹੈ ਤੇ ਦੂਸਰੀ ਕਿਹੜੀ ਹੈ ਸਾਡੀ i ਜਿਹੜੀ ਹੈਗੀ ਆ ਉਹਨੂੰ ਆਪਾਂ 3/18 ਲਿਖਾਂਗੇ ਠੀਕ ਹੈ ਜਿਹੜੀ ਪਹਿਲਾ ਸੀਗੀ ਤੇ ਫਿਰ ਦੂਜੀ ਤੇ ਆਪਾਂ ਦੋਨਾਂ ਨੂੰ ਆਪਾਂ ਕੀ ਕਰਾਂਗੇ ਪਲੱਸ ਕਰਾਂਗੇ 15 3/18 ਤਾਂ ਇਜ਼ ਇਕੁਅਲ ਟੂ ਕਿੰਨਾ ਆ ਗਿਆ -12/18 ਠੀਕ ਹੈ ਠੀਕ ਹੈ ਬੱਚਾ ਸਮਝ ਲੱਗੀ ਹੋਊਗੀ ਤੁਹਾਨੂੰ ਜੇਕਰ ਨਹੀਂ ਲੱਗੀ ਹੈਗੇ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਆਪਾਂ ਕੁਝ ਨਹੀਂ ਕੀਤਾ ਹੈਗਾ 5/6 ਨੂੰ ਕਿਸੇ ਵੈਲਿਊ ਨਾਲ ਮਲਟੀਪਲਾਈ ਕਰ ਲਓ 3/18 ਨੂੰ ਮਲਟੀਪਲਾਈ ਕਰ ਲਓ ਕਰਿਆ ਦੋਨਾਂ ਨੂੰ 3 3 ਦੇ ਨਾਲ ਹੀ ਹੈ ਤੇ 3 ਦੇ ਨਾਲ ਕਰਨ ਤੇ ਤੁਹਾਡੀ ਜਿਹੜੀ ਕਿ ਦੋਨੋਂ ਵੈਲਿਊਜ਼ ਤੁਹਾਡੇ ਸਾਹਮਣੇ ਆ ਜਾਣਗੀਆਂ ਅੱਗੇ ਆਪਾਂ ਨੈਕਸਟ ਦੇਖਦੇ ਹਾਂ ਕਿਉਂਕਿ ਆਪਾਂ ਬੇਸ ਸੇਮ ਕਰਨੇ ਸੀ ਨਾ ਪਰ 6 ਵਾਲੀ ਦਾ ਜਿਹੜਾ ਕਿ ਬੇਸ ਸੇਮ ਨਹੀਂ ਸੀਗਾ ਤਾਂ ਆਪਾਂ ਉਸ ਨੂੰ ਕਿਤੇ ਨਾ ਮਲਟੀਪਲਾਈ ਕੀਤਾ 3 ਨਾਲ ਇਹ ਤਾਂ ਪਹਿਲਾਂ ਹੀ 18 ਸੀਗਾ ਫਿਰ ਜਿਹੜੀ ਵੈਲਿਊ ਇਸ ਨੂੰ ਮਲਟੀਪਲਾਈ ਕਰਕੇ ਆਈ ਹੈ 3 ਨਾਲ ਤੇ ਇਹ ਵਾਲੀ ਇਦਾਂ ਹੀ ਦੋਨਾਂ ਨੂੰ ਕੀ ਕਰਿਆ ਆਪਾਂ ਪਲੱਸ ਠੀਕ ਹੈ ਬੱਚਿਓ ਜੇਕਰ ਕੋਈ ਡਾਊਟ ਲੱਗਿਆ ਤਾਂ ਫਿਰ ਮੈਨੂੰ ਪੁੱਛ ਸਕਦੇ ਹੋ ਅੱਗੇ 8th ਦਾ ਹੈਗਾ ਮੁੱਲ ਪਤਾ ਕਰਨਾ ਹੈ -9 ਡਿਵਾਈਡ ਹੁੰਦਾ ਹੈ 3 ਅਪੋਨ 5 ਤਾਂ ਆਪਾਂ 9 ਅਪੋਨ 5 ਨੂੰ ਜਿਹੜਾ ਕਿ ਐਵੇਂ ਲਿਖਾਂਗੇ ਕੀ ਕਹਿੰਦੇ ਆ ਡਿਵਾਈਡ ਕਰਨ ਤੇ ਕਿੰਨਾ ਆਂਦਾ ਹੈ 3 3/5 ਪਰ ਆਪਾਂ ਡਿਵਾਈਡ ਉਦੋਂ ਚੇਂਜ ਕਰ ਲੈਂਦੇ ਜਦੋਂ ਆਪਾਂ ਇਹ ਵੈਲਿਊ ਨੂੰ ਉਲਟਾ ਦਿੰਨੇ ਆ ਤਾਂ ਆਪਾਂ ਕੀ ਕਰਾਂਗੇ 9 3/5 ਉਲਟੇ ਉਲਟ ਕੇ ਕਿਵੇਂ ਮਲਟੀਪਲਾਈ ਤੇ ਚਲੇ ਜਾਣਗੇ ਜਦੋਂ ਉਲਟਣਗੇ 9 5/3 ਕਟਿੰਗ ਕਰਾਂਗੇ 3 3 3 ਦਾ 9 5 3 ਦਾ 15 ਤੇ ਇਸ ਦਾ ਆਨਸਰ ਕੀ ਆਊਗਾ 15 ਅਗੇ ਨੈਕਸਟ ਹੈਗਾ ਇਹ ਦਿੱਤੇ ਗਏ ਚਿੱਤਰ ਵਿੱਚ AOB ਇੱਕ ਸਰਲ ਰੇਖਾ ਹੈ ਕੋਣ AOC ਦਾ ਮਾਪ ਪਤਾ ਕਰੋ ਤਾਂ ਤੁਸੀਂ ਇਹ ਐਂਗਲ ਦੇਖ ਸਕਦੇ ਹੋ ਐਂਗਲ AOC ਦਾ ਪਤਾ ਕਰਨਾ ਹੈ ਸਾਨੂੰ COB ਜਿਹੜਾ ਕੀ ਪਤਾ ਹੈ ਤਾਂ ਆਪਾਂ ਕੀ ਕਰਾਂਗੇ ਜਿਹੜੀ ਸਿੱਧੀ ਰੇਖਾ ਤੇ ਜਿਹੜੇ ਬਣੇ ਕੋਣ ਹੁੰਦੇ ਆ ਕਿਦੇ ਬਰਾਬਰ ਹੁੰਦੇ ਆ 180 ਦੇ ਤਾਂ ਆਪਾਂ ਤਿੰਨੇ ਐਂਗਲਾਂ ਦਾ ਜੋੜ ਲਿਖਾਂਗੇ A OC COB 2 ਸੰਪੂਰਕ ਕੋਣਾਂ ਦਾ ਜੋੜ ਕਿਸ ਦੇ ਬਰਾਬਰ ਹੁੰਦਾ ਮੈਂ ਤੁਹਾਨੂੰ ਦੱਸਿਆ 180 ਦੇ ਤਾਂ ਹੁਣ ਮੈਂ ਕੀ ਕਰੂੰਗੀ AOC ਮੈਨੂੰ ਨਹੀਂ ਪਤਾ ਮੈਂ AOC ਦਾ AOC ਉਤਾਰਾਂਗੀ COB ਮੈਨੂੰ ਪਤਾ ਹੈ ਕਿੰਨੀ ਹੈ 50% ਕਿੰਨਾ ਹੈ 180 ਠੀਕ ਹੈ ਬੱਚਿਓ ਹੁਣ ਫਿਰ ਆਪਾਂ ਕੀ ਕਰਾਂਗੇ AOC ਜਿਹੜੀ ਕਿ ਬਾਹਰ ਕੱਢ ਲਾਂਗੇ AOC 180 50 ਡਿਗਰੀ ਉੱਧਰ ਜਾ ਕੇ ਕੀ ਹੋ ਜਾਊਗਾ

ਏ ਉਹ ਸੀ ਕਿੰਨਾ ਆ ਗਿਆ 130 ਤਾਂ ਪੰਜ ਤੇ ਜਿਹੜੇ ਸਾਈਡ ਆ 130 ਲਿਖ ਕੇ ਆਵਾਂਗੇ ਠੀਕ ਹੈ ਨੈਕਸਟ ਹੈਗਾ ਦਿੱਤੇ ਗਏ ਚਿੱਤਰ ਨੈਕਸਟ ਕੁਸ਼ਚਨ ਦਿੱਤੇ ਗਏ ਚਿੱਤਰ l ਪੈਰਲਲ ਹੈਗਾ m ਦੇ ਤਾਂ x ਦੀ ਵੈਲਿਊ ਕੀ ਕਰਨੀ ਹੈ ਪਤਾ ਕਰਨੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਇੱਥੇ ਬਾਕਸ ਦੇ ਵਿੱਚ 3x ਉਹ 2x ਹੈ ਇਹ ਵੀ ਇੱਕ ਹੀ ਰੇਖਾ ਤੇ ਬਣੇ ਹੋਏ ਐਂਗਲਾਂ ਦਾ ਜੋੜ ਕਿੰਨਾ ਹੋਗਾ 180 ਤਾਂ 3x 2x 180 ਤਾਂ ਇਹਨਾਂ ਜੋੜ ਕੇ ਕਿੰਨਾ ਆ ਗਿਆ 5x 180 ਫਿਰ x 80 ਵਟਾ ਕਿੰਨਾ ਆਜੂਗਾ 5 ਜੇਕਰ ਇਸ ਦੀ ਕਟਿੰਗ ਕਰਦੇ ਹੋ ਤਾਂ ਬੱਚੇ ਸਾਨੂੰ ਤੁਹਾਡੇ ਕੋਲ ਆਨਸਰ ਜਿਹੜਾ ਹੈ ਕਿ ਇਸ ਦਾ ਆਜੂਗਾ ਆਪਾਂ ਨੈਕਸਟ ਦੇਖਦੇ ਹਾਂ 105 ਦਾ ਸੰਪੂਰਨ ਕੋਣ ਪਤਾ ਕਰਨਾ ਹੈ ਤਾਂ 105 ਦਾ ਜਦੋਂ ਆਪਾਂ ਸੰਪੂਰਨ ਕੋਣ ਪਤਾ ਕਰਾਂਗੇ ਤਾਂ ਇਹ ਵੀ ਈਜ਼ੀ ਹੈ 105 ਦਾ 180 ਚ ਤੁਸੀਂ ਕੀ ਕਰਨਾ 105 ਮਾਈਨਸ ਤਾਂ ਮਾਈਨਸ ਕਰਕੇ ਕਿੰਨਾ ਆ ਗਿਆ 75% ਤਾਂ ਇਹ ਇਸ ਦਾ ਆਨਸਰ ਹੈਗਾ ਸੰਪੂਰਨ ਕੋਣ ਤੁਹਾਡਾ ਪਤਾ ਹੋ ਜੂ। ਇਹ ਭਾਗ ਈਡੀ ਹੈਗੇ ਭਾਗ ਈਡੀ ਦੇ ਵਿੱਚ ਤੁਹਾਡੇ ਲੌਂਗ ਕੁਐਸਚਨ ਆਣਗੇ 5 ਮਾਰਕਸ ਦੇ 4 ਮਾਰਕਸ ਦੇ 4 ਮਾਰਕਸ اور 5 ਠੀਕ ਹੈ 20 ਨੰਬਰ ਤੁਹਾਡੇ ਇੱਥੋਂ ਪੱਕੇ ਹੋ ਸਕਦੇ ਨੇ ਸੂਰਜ ਚੜ੍ਹਨ ਸਮੇ ਬਹੁਤ ਉਤਰਦਾ ਇਹ ਗਲਤ ਲਿਖਿਆ ਹੋਇਆ ਹੈ ਨਾ ਤਾਪਮਾਨ 0 ਡਿਗਰੀ ਸੈਲਸੀਅਸ ਤੋਂ 60 ਡਿਗਰੀ ਸੈਲਸੀਅਸ ਹੇਠ ਸੀ ਤਾਂ ਦੁਪਹਿਰ ਵੇਲੇ ਤਾਪਮਾਨ 12% ਤੋਂ ਵੱਧ ਸੀਗਾ ਫਿਰ ਰਾਤ ਵੇਲੇ 8% ਘਟ ਗਿਆ ਤੇ ਦਿਨ ਦੇ ਖਤਮ ਹੋਣ ਤੇ ਤਾਪਮਾਨ ਕਿੰਨਾ ਸੀਗਾ ਤਾਂ ਆਪਾਂ ਅਸਦਾ ਕਿਵੇਂ ਲਿਖਾਂਗੇ ਫਿਰ ਆਪਾਂ ਜ਼ੀਰੋ ਦੀ ਤਾਂ ਕੋਈ ਵੈਲਿਊ ਨਹੀਂ ਲਿਖਾਂਗੇ ਤਾਂ ਆਪਾਂ ਕਿਹਾ ਮਾਈਨਸ ਘੱਟ ਸੀਗਾ ਤਾਂ ਮਨ ਘੱਟ ਤਾਪਮਨ ਨੂੰ ਆਪਾਂ ਕਿਵੇਂ ਦੱਸ ਸਕਦੇ ਆ ਮਾਈਨਸ 7 ਸੀਗਾ ਤੇ ਦੁਪਹਿਰ ਵੇਲੇ ਕਿੰਨਾ ਹੋ ਗਿਆ 12 ਤੇ ਫਿਰ ਕਿੰਨਾ ਹੋ ਗਿਆ ਮਾਈਨਸ ਫਿਰ ਘੱਟ ਗਿਆ 8 ਤਾਂ ਇਹ ਇਕੁਏਸ਼ਨ ਬਣ ਰਹੀ ਹੈ ਸਾਡੇ ਕੋਲ ਆਪਾਂ ਇਸ ਨੂੰ ਸੋਲਵ ਕਰਦੇ ਆ ਪਲੱਸ ਮਾਈਨਸ 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 ਦੇ ਕਿੰਨੇ ਆ ਪਲੱਸ ਦੇ ਕਿੰਨੇ ਆ ਕੇ 12 ਕਿਉਂਕਿ ਬੜੀ ਨਿਸ਼ਾਨ ਦੇ ਅੱਗੇ ਪਲੱਸ ਦਾ ਫਿਰ ਮਾਈਨਸ 8 ਪਲੱਸ ਮਾਈਨਸ ਮਾਈਨਸ ਤਾਂ ਮਾਈਨਸ ਕਰਦੇ ਆ ਕਿੰਨਾ ਆ ਗਿਆ -3 डिग्री सेल्सियस ਤਾਂ ਕਿੰਨਾ તાਪਮਾਨ ਸੀਗਾ -3 ਤੇ ਖਤਮ ਸੀਗਾ ਦਿਨ ਖਤਮ ਹੋਣ ਤੇ ਅੱਗੇ نیچے ਵਾਲਾ ਜਿਹੜਾ ਹੈ ਕਿ ਸੋਲਵ ਕਰਨਾ ਹੈ ਇਹ ਵਾਲੀ ਸਮੀਕਰਨ ਬਹੁਤ ਈਜ਼ੀ ਹੈ ਇਹ ਵੀ ਤਾਂ ਤੁਸੀਂ ਇਹ ਪੇਪਰ ਦੇ ਵਿੱਚ ਛੱਡ ਕੇ ਨਾ ਆਇਓ ਪਲੱਸ ਮਾਈਨਸ ਇਹ ਸਾਰਾ ਮਾਈਨਸ ਉਹਨੂੰ ਸੋਲਵ ਕਰਦੇ ਆ ਤਾਂ ਇੱਥੇ ਸੋਲਵ ਕਰੇ ਤੇ ਕਿੰਨਾ ਆਂਦਾ 11 5 10 ਫਿਰ ਇਧਰ ਸੋਲਵ ਕੀਤਾ ਬ੍ਰੈਕਟ ਖੋਲੀ 8 ਕਿੰਨਾ ਹੋ ਗਿਆ 16 ਕਿਉਂਕਿ ਪਲੱਸ ਕਰੇ ਤੇ 16 ਨਾ ਬ੍ਰੈਕਟ ਖੋਲੀ ਤਾਂ ਮਾਈਨਸ ਦਾ ਨਿਸ਼ਾਨ ਹੋ ਗਿਆ ਫਿਰ 10 ਫਿਰ ਮਾਈਨਸ ਪਲੱਸ ਇਹਦੇ ਚ ਮਾਈਨਸ ਕੀਤਾ ਤਾਂ ਕਿੰਨਾ ਆਇਆ ਨਿਸ਼ਾਨ badi ਰਕਮ ਦਾ 8 ਠੀਕ ਹੈ ਉਸ ਤੋਂ ਅੱਗੇ ਜਿਹੜਾ ਕੀ ਹੈਗਾ ਏ ਮਾਈਨਸ ਮਾਈਨਸ ਪਲੱਸ ਹੋ ਗਿਆ 10 ਔਰ uh, 8 ਕਿੰਨੇ ਹੁੰਦੇ ਨੇ 18 ਤਾਂ ਇਸ ਦਾ ਆਨਸਰ ਕਿੰਨਾ ਆਊਗਾ 18 ਬਹੁਤ ਸਿੰਪਲ ਸੀਗੀ ਅਗਰ ਨੈਕਸਟ ਜੇਕਰ ਤਾਰ ਦੇ ਟੁਕੜੇ ਇੱਕ ਟੁਕੜੇ ਨੂੰ 15 ਬਰਾਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜੇਕਰ ਇੱਕ ਭਾਗ ਦੀ ਲੰਬਾਈ 2.03 ਮੀਟਰ ਹੈ ਤਾਂ ਤਾਰ ਦੀ ਕੁੱਲ ਲੰਬਾਈ ਪਤਾ ਕਰੋ ਤਾਂ ਤਾਰ ਦੀ ਕੁੱਲ ਲੰਬਾਈ ਪਤਾ ਕਰਨੇ ਤਾਂ ਕਿੰਨੇ ਟੁਕੜੇ ਵਿੱਚ ਵੰਡਿਆ ਜਾਂਦਾ ਹੈ 15 ਅਤੇ ਲੰਬਾਈ ਕਿੰਨੀ ਉਸ ਦੀ 0.3 ਤੋ ਬੰਦ 3 ਠੀਕ ਹੈ ਬੱਚੇ ਇਹ ਵਾਲਾ ਕੁਸ਼ਚਨ ਜਿਹੜਾ ਹੈ ਕਿ ਤੁਹਾਡਾ ਹੋਊਗਾ ਤੇ ਉਸ ਦੇ ਲਈ ਤੁਸੀਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੈਂ 13 ਕੁਸ਼ਚਨ ਦਾ ਆਨਸਰ ਤੁਹਾਨੂੰ ਐਂਡ ਦੇ ਵਿੱਚ ਦੱਸਦੀ ਆ ਥੋੜਾ ਲੌਂਗ ਹੈ ਅੱਗੇ 14 ਕਰਦੇ ਹਾਂ ਸਮੀਕਰਨ ਹੱਲ ਕਰਨੀਆਂ 3p 2 46 ਤਾਂ ਆਪਾਂ ਇਸ ਨੂੰ ਸੋਲਵ ਕਰਦੇ ਹਾਂ 3p 48 ਤਾਂ p ਬਾਹਰ ਕੱਢਾਂਗੇ ਆਪਾਂ 48 3 ਆਪਾਂ ਇਸ ਦੀ ਕਟਿੰਗ ਕਰਦੇ ਆ ਕਿੰਨਾ ਆਨਸਰ ਆਂਦਾ ਹੈ 16 ਠੀਕ ਹੈ ਨੈਕਸਟ ਹੈਗਾ ਇੱਕ ਸੰਖਿਆ ਦੇ ਪੰਜ ਗੁਣਾ ਵਿੱਚ ਸੱਤ ਜੋੜਨ ਤੇ 57 ਪ੍ਰਾਪਤ ਹੁੰਦਾ ਹੈ ਸੰਖਿਆ ਪਤਾ ਕਰੋ ਤਾਂ ਇੱਕ ਸੰਖਿਆ ਨੂੰ ਪੰਜ ਗੁਣਾ ਮਤਲਬ ਇੱਕ ਸੰਖਿਆ x ਮੰਨ ਲਓ ਉਸ ਦਾ ਕਿੰਨਾ ਕੀ ਹੈ ਪੰਜ ਤਾਂ ਇਹਦੇ ਨਾਲ ਕੀ ਲੱਗ ਜਾਊਗਾ ਪੰਜ ਪਲੱਸ ਸੱਤ ਜੋੜਨ ਤੇ ਕਹਿੰਦੇ ਕੀ ਪ੍ਰਾਪਤ ਹੁੰਦਾ ਹੈ 57 ਆਪਾਂ ਐਵੇਂ ਦੀ ਸਮੀਕਰਨ ਬੱਚੋ ਪਿੱਛੇ ਵੀ ਸੋਲਵ ਕਰਕੇ ਆਏ ਆ 5x 57 7 ਉਧਰ ਜਾ ਕੇ ਕੀ ਹੋ ਜਾਊਗਾ ਮਾਈਨਸ ਤਾਂ ਠੀਕ ਹੈ ਤੇ 5x ਕਿੰਨਾ ਆ ਗਿਆ 50 x ਬਾਹਰ ਕੱਢਦੇ ਆ 50 5 ਠੀਕ ਹੈ ਫਿਰ 50 5 ਦੀ ਜਦੋਂ ਆਪਾਂ ਕਟਿੰਗ ਕਰਦੇ ਆ ਤਾਂ ਤੁਹਾਨੂੰ ਸਭ ਨੂੰ ਪਤਾ ਹੈ 50 5 5 ਨਾਲ ਦਾ 5 0 ਦੀ 0 ਤੇ x ਦੀ ਵੈਲਿਊ ਕਿੰਨੀ ਆ ਜੂਗੀ ਫੇਰ 10 ਠੀਕ ਹੈ ਬੱਚੇ ਇਹ ਤੁਹਾਡਾ ਕੀ ਹੋਊਗਾ ਅਨਸਰ ਤੇ ਇਹਨੂੰ ਪੇਪਰ ਦੇ ਵਿੱਚ ਇੱਦਾਂ ਲਿਖ ਕੇ ਆਇਓ ਠੀਕ ਹੈ ਨੈਕਸਟ ਹੈਗਾ ਇਹ ਬੱਚੇ ਉਸ ਤੋਂ ਅੱਗੇ ਮੇਰੀ ਕਾਰ 25 ਲੀਟਰ ਪੈਟਰੋਲ ਨਾਲ ਜਿਹੜੀ ਕੀ ਹੈ ਨਾਲ 150 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਤੇ ਤੇ 3 ਲੀਟਰ 30 ਲੀਟਰ પેટ્રોલ ਨਾਲ ਕਿੰਨੀ ਦੂਰੀ ਤੈਅ ਕਰੂਗੀ ਬੱਚਿਓ ਤੁਹਾਡਾ ਇਨਵਰਸਿਬਲ ਤੇ ਇਨਵਰਸਿਬਲ ਵਾਲੇ ਚੈਪਟਰ ਦੇ ਵਿੱਚੋਂ ਕੁਸ਼ਚਨ ਆਇਆ ਹੈ ਪਹਿਲਾਂ ਤੁਸੀਂ ਪੇਪਰ ਦੇ ਵਿੱਚ ਕੀ ਕਰਕੇ ਆਣਾ ਇੱਕ ਬਾਕਸ ਬਣਾਉਣਾ ਹੈ ਠੀਕ ਹੈ ਉਸ ਤੋਂ ਬਾਅਦ ਬਾਕਸ ਦੇ ਵਿੱਚ ਐਵੇਂ ਲਾਈਨ ਲਗਾਣੀ ਆ ਇਧਰ ਤੁਸੀਂ ਕਿਲੋਮੀਟਰ ਲਿਖਣਾ ਹੈ نیچے પેટ્રોલ ਲਿਖਣਾ ਹੈ ਠੀਕ ਹੈ 150 ਕਿਲੋਮੀਟਰ ਦੇ ਨਾਲ ਕਿੰਨਾ પેટ્રોલ ਲਿੰਦੀ ਹੈ 25 ਠੀਕ ਹੈ ਫਿਰ ਉਸੇ ਤਰ੍ਹਾਂ ਉਹ ਕੀ ਕਹਿੰਦੇ ਆ ਤੇ 150 ਕਿਲੋਮੀਟਰ ਦੇ ਨਾਲ ਨਹੀਂ ਪਤਾ ਕਿੰਨੀ ਚੱਲ ਚਲਦੀ ਹੈ ਜਦੋਂ 25 ਕਿਲੋਮੀਟਰ ਚੱਲਦੀ ਹੈ ਤਾਂ ਕਿੰਨਾ ਲੈਂਦੀ ਹੈ ਪੈਟਰੋਲ ਤੀ ਠੀਕ ਹੈ ਉਸ ਤੋਂ ਬਾਅਦ ਅਸੀਂ ਹੁਣ ਇਸ ਦੀ ਰਿਵਰਸੇਬਲ ਹੈ ਕਿ ਰਿਵਰਸੇਬਲ ਇੱਕ ਚੀਜ਼ ਦੇ ਵਧਣ ਨਾਲ ਦੂਜੀ ਚੀਜ਼ ਵੀ ਵਧਦੀ ਹੈ ਇੱਕ ਚੀਜ਼ ਦੇ ਘਟਣ ਨਾਲ ਦੂਜੀ ਚੀਜ਼ ਵੀ ਘਟਦੀ ਹੈ ਫਿਰ ਇਹ ਡਾਇਰੈਕਟ ਮੈਥਡ ਹੋਊਗਾ ਤਾਂ ਫਿਰ ਆਪਾਂ ਕੀ ਕਰਾਂਗੇ x 30 150 25 ਤਾਂ ਆਪਾਂ ਬਸ ਸਿੰਪਲ ਲਿਖਾਂਗੇ x ਨੂੰ ਆਪਾਂ ਬਾਹਰ ਕੱਢ ਲਾਂਗੇ x ਨੂੰ ਜਦੋਂ ਆਪਾਂ ਬਾਹਰ ਕੱਢਾਂਗੇ ਤਾਂ ਪਾ ਕੇ ਫਿਰ 150 25 ਠੀਕ ਹੈ ਇਹ ਵਾਲੀ 150 25 ਤੇ ਇਹ ਜਿਹੜਾ 30 ਸੀ ਉੱਧਰ ਜਾ ਕੇ ਕੀ ਹੋ ਗਿਆ ਡਿਵਾਈਡ ਦਾ ਸੀ ਇੱਧਰ ਜਾ ਕੇ ਕੀ ਹੋ ਗਿਆ ਮਲਟੀਪਲਾਈ ਦਾ ਠੀਕ ਹੈ ਫਿਰ ਆਪਾਂ ਇਸ ਦੀ ਕਟਿੰਗ ਕਰਾਂਗੇ ਇਹਦੇ ਕਟਿੰਗ ਕਰਕੇ 5 ਆ ਗਿਆ ਇਹਦੀ ਕਟਿੰਗ ਕਰਕੇ 30 ਤੇ ਇੱਧਰ ਕਿਹਦੇ ਨਾਲ ਕੱਟ ਗਿਆ 6 ਨਾਲ ਠੀਕ ਹੈ ਫਿਰ ਆਪਾਂ ਇਹਨੂੰ ਸੋਲਵ ਕਰਦੇ ਹਾਂ ਅੱਗੇ 30 ਮਲਟੀਪਲਾਈ ਇਹ ਨੀਚੇ ਵੀ ਕੱਟ ਗਿਆ 5 ਉਹ ਸੌਰੀ ਫਿਰ 6 ਆਇਆ ਫਿਰ ਕਿੰਨਾ ਆਨਸਰ ਆਊਗਾ 30 6 ਤਾਂ ਇਸ ਇਕੁਅਲ ਟੂ ਕਿੰਨਾ ਆ ਗਿਆ 180 ਆਪਾਂ ਦੇਖੋ ਇੱਕ ਚੀਜ਼ ਵਧੀ ਦੂਜੀ ਚੀਜ਼ ਵੀ ਵਧੂਗੀ ਤਾਂ x ਦੀ ਵੈਲਿਊ ਇੱਕ ਚੀਜ਼ ਘਟੀ ਤਾਂ ਦੂਜੀ ਵੀ ਘਟ ਗਈ ਤਾਂ ਡਾਇਰੈਕਟ ਮੈਥਡ ਲੱਗਿਆ ਤੇ ਇੱਥੇ ਆਨਸਰ ਕਿੰਨਾ ਆ ਗਿਆ 180 ਬੱਚੇ ਨਾਲ ਦੀ ਨਾਲ ਨੋਟ ਕਰੀ ਜਾਓ ਠੀਕ ਹੈ ਅਗੇ ਨੈਕਸਟ ਹੈਗਾ 16 ਇੱਕ ਸ਼ਹਿਰ ਦੀ ਜਨਸੰਖਿਆ 25000 ਤਾਂ ਉਹ ਘਟ ਕੇ ਇੰਨੀ ਰਹਿ ਗਈ ਹੈ ਜਨਸੰਖਿਆ ਦਾ ਪ੍ਰਤੀਸ਼ਤ ਪਤਾ ਕਰਨਾ ਤੇ ਮਤਲਬ ਘਟ ਕੇ ਇੰਨੀ ਰਹਿ ਗਿਆ ਪਹਿਲਾਂ ਆਪਾਂ 25000 ਚੋਂ ਕੀ ਮਾਈਨਸ ਕਰਾਂਗੇ 24500 ਤਾਂ ਕਿੰਨਾ ਅਨਸਰ ਆਇਆ 500 ਹੁਣ 500 ਦਾ ਭਾਗੀ ਪਤਾ ਕਰਨਾ ਹੈ ਪ੍ਰਤੀਸ਼ਤ ਫਿਰ ਜਿੱਦਾ ਪ੍ਰਤੀਸ਼ਤ ਆਪਾਂ ਪਤਾ ਕਰਨਾ ਹੁੰਦਾ ਜਿੰਨੀ ਵੈਲੀ ਹੁੰਦੀ ਹੈ ਜਿੰਨਾ ਟੋਟਲ ਹੁੰਦਾ ਉਹਨੂੰ ਮਲਟੀਪਲਾਈ ਆਪਾਂ ਜਦੋਂ ਆਪਾਂ ਕਾਲਜ ਦੀ ਸਕੂਲ ਦੀ ਪਰਸੈਂਟੇਜ ਕਰਦੇ ਆ ਮਲਟੀਪਲਾਈ ਕਰਦੇ ਹੰਡਰ ਇਹ ਜ਼ੀਰੋ ਨਾਲ ਇਹ ਜ਼ੀਰੋ ਨਾਲ ਇਹ ਜ਼ੀਰੋ ਨਾਲ ਇਹ ਇੱਕ ਜ਼ੀਰੋ ਨਾਲ 50 ਵਟਾ 25 50 ਵਟਾ 25 ਦੀ ਆਪਾਂ ਕਟਿੰਗ ਕਰਾਂਗੇ 25 2 ਦਾ 50 ਠੀਕ ਹੈ ਤਾਂ ਕਿੰਨਾ ਅਨਸਰ ਆ ਗਿਆ ਥੋ 2% ਠੀਕ ਹੈ ਨੈਕਸਟ 17ਵਾਂ ਕੁਐਸਚਨ ਆਇਆਗਾ ਗਣਿਤ ਦੀ ਇੱਕ ਜਿਹੜੀ ਕਿ ਆ ਵੀ ਮੈਂ ਤੁਹਾਨੂੰ ਕਢਾ ਦਿੰਦੀ ਆ ਅਨੀਤਾ ਨੇ 5000 ਰੁਪਏ ਦਾ ਕਰਜ਼ਾ 15% ਦੇ ਸਾਲਾਨਾ ਦਰ ਤੇ ਲਿਆ ਉਸ ਨੂੰ 1 ਸਾਲ ਬਾਅਦ ਕਿੰਨੇ ਪੈਸੇ ਦੇਣੇ ਪੈਣਗੇ ਤਾਂ ਅਨੀਤਾ ਨੇ ਜਿਹੜੀ ਪ੍ਰਿੰਸੀਪਲ ਅਮਾਉਂਟ ਸੀ ਪੀ ਸੀਗਾ ਕਿੰਨੇ ਦਾ ਲਿੱਤਾ 5000 ਦਾ ਠੀਕ ਹੈ ਤੇ 15% ਮੇਰਾ ਰੇਟ ਹੋਣਾ ਕਿੰਨੇ ਦਾ ਲਿੱਤਾ 15% ਦੇ ਰੇਟ ਤੇ ਸਮਾਂ ਕਿੰਨਾ ਸੀ 1 ਸਾਲ ਦਾ ਠੀਕ ਹੈ ਬਸ ਫਾਰਮੂਲਾ ਲਾਵਾਂਗੇ ਆਪਾਂ S ਦਾ P multiply, R 1 100 ਠੀਕ ਹੈ ਅੱਗੇ 5000 हज़ार मल्टीप्लाई पंद्रह मल्टीप्लाई वन अपॉन हंड्रड दो जीरो दो जीरो कट जूगियाँ तो आंसर कि आजगा सत सौ पाँ ਠੀਕ ਹੈ ਆਪਾਂ ਨੈਕਸਟ ਦੇਖਦੇ ਹਾਂ ਕਿ ਗਣਿਤ ਦੀ ਇੱਕ ਪ੍ਰੀਖਿਆ ਵਿੱਚ 15 ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਗਏ ਅੰਕ ਹੇਠ ਲਿਖੇ ਹਨ 19 25 30 20 9 ਆ ਸਾਰੇ ਲਿਖੇ ਹੋਏ ਨੇ ਤੇ ਇਸ ਦਾ ਮੱਧਮਾਨ ਵੀ ਕੱਢਣਾ ਬੌਲਕ ਵੀ ਕੱਢਣਾ ਤੇ ਮੱਧੀ ਕਾ ਵੀ ਪਤਾ ਕਰਨਾ ਹੈ ਬੱਚੇ ਬਹੁਤ ਈਜ਼ੀ ਕੁਐਸਚਨ ਹੈ ਮੱਧਮਾਨ ਮੱਧੀ ਕਾ ਤੇ ਬੌਲਕ ਜੇ ਇਸ ਦੇ ਇਹ ਵਾਲਾ ਕੁਐਸਚਨ ਦਾ ਤੁਹਾਨੂੰ ਸੋਲਵ ਚਾਹੀਦਾ ਹੈ ਤਾਂ ਮੈਂ ਇਸ ਦੇ ਅਲੱਗ ਤੋਂ ਵੀਡੀਓ ਬਣਾਉਂਗੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਚੁੱਕੀ ਹੈ ਚੈਨਲ ਤੇ ਨਵੇਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਭਾਗ ਸੱਸੇ ਦੇ ਲਈ ਮੈਨੂੰ ਕਮੈਂਟ ਲੇਹੀ ਸੋਲਵ ਕਰਾਂਗੀ ਜੇਕਰ ਇਸ ਵੀਡੀਓ ਨੂੰ ਤੁਸੀਂ 100 ਕਮੈਂਟ ਕਰਦੇ ਹੋ ਇਸ ਇਸ ਦੇ ਲਈ ਤਾਂ ਮੈਂ ਜਰੂਰ ਵੀਡੀਓ ਬਣਾਉਂਗੀ ਥੈਂਕ ਯੂ